ਤੇ ਮੈਂ ਇਸ ਕਰਕੇ ਥੋੜਾ ਜਿਹਾ ਮੇਰਾ ਵਖਰਾਪਨ ਹੈ ਮੈਂ ਜੋ ਆਪ ਦੀ ਨਾਲ ਸਾਂਝਾ ਕਰਨ ਲੱਗਾ ਤੇ ਗੁਰੂ ਕੇ ਪਿਆਰਿਓ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚੌਂਕੀਦਾਰ ਆ ਸਾਡਾ ਫਰਜ ਬਣਦਾ ਹੈ ਕਿ ਅਸੀਂ ਹਰ ਕੋ ਰਾ ਦਿਓ ਜਾਗਦੇ ਰਹੋ ਸ ਕੋਸਾ ਉਹ ਨਾ ਜਾਏ ਉਹ ਗਵਾ ਨਾ ਲੈ ਲੈ ਸਭ ਕੁਝ ਆਪਣਾ ਇਸ ਕਰਕੇ ਮੈਂ ਬੇਨਤੀ ਕਰਨ ਲੱਗਾ ਮਹapur sant baba jit singh ji ansali sahib wale brahm gyani sadhu hoye ਉਨਾਂ ਕੋਲ ਗਏ ਕਹਿਣ ਲੱਗੇ ਸਿੰਘ ਸਾਹਿਬ ਜੀ ਸਮਾ ਆਏਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕਰਨੋਂ ਲੋਕ हट ਜਾਣਗੇ ਅਦਬ ਨਹੀਂ ਕਰਨਗੇ ਜਿੰਨੂੰ ਦੇਵ ਦ੍ਰਿਸ਼ਟੀ ਬਖਸ਼ਸ਼ ਕੀਤੀ ਉਹਨੂੰ ਤਰਕਾਲ ਦਰਸ਼ੀ ਕਹਿੰਦੇ ਆ ਤਿੰਨਾ ਕਾਲਾਂ ਦੀ ਸੂਝ ਰੱਖਣ ਵਾਲਾ ਪਿੱਛੇ ਕੀ ਹੋਇਆ ਚੱਲਦੇ ਸਮੇਂ ਵਿੱਚ ਕੀ ਹੋਣਾ ਤੇ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਨੂੰ ਤਰਕਾਰ ਦਰਸੀ ਕਹਿੰਦੇ ਆ ਤਿੰਨਾ ਕਾਲਾਂ ਦੀ ਸੂਝ ਰੱਖਣ ਵਾਲਾ ਉਸ ਮਹਾਪੁਰਖ ਨੇ ਬਚਨ ਕੀਤਾ ਤੇ ਬਿਮਾਰੀ ਥੋੜੇ ਸਮੇਂ ਤੋਂ ਪਈ ਜੀ ਤੂੰ ਇਹ ਫਦੇ ਬਲਾ ਰੋਟਾ ਮੋ ਨਾ ਕੀਆ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨ ਲੱਗਾ ਸਤਕਾਰ ਦੀ ਗੁਰਮਤ ਪਿਆਰੇ ਨੇ ਸਟੇਜ ਤੋਂ ਬੋਲਦਿਆਂ ਬਚਨ ਕੀਤਾ ਪਿਆ ਜਿਹੜਾ ਟੈਲੀ ਕਾਰਜ ਹੋ ਰਿਹਾ ਸਾਰੇ ਦੇਸ਼ਾਂ ਵਿੱਚ ਜਾ ਰਿਹਾ ਹੈ ਇਹ ਬਿਮਾਰੀ ਬਾਹਰਲੇ ਦੇਸ਼ਾਂ ਵਿੱਚੋਂ ਆਈ ਜੇ ਜਿਹੜੀ ਬਿਮਾਰੀ ਵਾਸਤੇ ਮੈਂ ਦੱਸਣ ਲੱਗਾ ਆਪ ਜੀ ਨੂੰ ਤੇ ਮੇਰੀ ਗੱਲ ਦਾ ਸ਼ੰਕਾ ਨਾ ਕਰ ਲੈਣਾ ਗੁਰੂ ਪਿਗਲਿਆਂ ਨੂੰ ਤੋੜ ਸਕਦਾ ਜੇ ਜਿਨ੍ਹਾਂ ਨੂੰ ਚੁਗ ਕੇ ਕੋਈ ਲੈ ਆਏ ਉਹਨਾਂ ਨੂੰ ਤੋੜ ਕੇ ਭੇਜ ਦਿੰਦਾ ਜੇ ਜੰਮੂ ਦਾ ਬੱਚਾ ਪਿੰਗਲਾ ਨਾ ਬਾਹ ਮਾ ਤੇ ਨਾ ਲੱਤਾਂ ਤੇ ਨਾ ਪੈਰ ਹੀ ਕੰਮ ਕਰਦੇ ਆ ਸੇਵਾਦਾਰ ਨੇ ਦਰਸ਼ਨੀ ਡੇਢੀ ਤੋਂ ਮੋਢਿਆਂ ਤੇ ਚੁੱਕਿਆ ਆਪਣੇ ਆਤੇ ਤੁਸੀਂ ਉਹਦੀ ਫੋਟੋ ਵੇਖੀ ਹੋਵੇਗੀ ਆਉਂਦੀ ਟੈਲੀਵਿਜ਼ਨ ਵਿੱਚ ਮੋਢਿਆਂ ਤੇ ਚੁੱਕਿਆ ਤੇ ਹਰਮੰਦਰ ਸਾਹਿਬ ਅੰਦਰ ਲੈ ਕੇ ਗਿਆ ਦੇਵ ਨਯਤ ਨਾਲ ਸੱਚੇ ਪਾਤਸ਼ਾਹ ਕਿਰਪਾ ਕੀਤੀ ਤੇ ਅਰਦਾਸ ਸ਼ੁਰੂ ਹੋ ਗਈ ਜਦੋਂ ਅਰਦਾਸ ਸ਼ੁਰੂ ਹੋ ਗਈ ਤੋ ਦੇ ਨਾਲ ਜਿਹੜੇ ਦੋ ਗੁਰਮਖ ਪਿਆਰੇ ਕੋ ਦਾ ਪਿਤਾ ਸੀ ਇੱਕ ਹੋਰtio ਬਾਹ ਫੜ ਕੇ ਉਠਾ ਲਾ ਜੇ ਉਹ ਵੀ ਖੜਾ ਕਰ ਦਈਏ ਅਰਦਾਸ ਹੁੰਦੀ ਪਈ ਦੋ ਅਰਾਂ ਚੁੱਕਿਆ ਦੋਵੇਂ ਅਰਾਂ ਡਿੱਗ ਪਿਆ ਹੁਣ ਲੱਗਾ ਕੰਮ ਹੀ ਨਹੀਂ ਕਰਦੀਆਂ ਐਨੀਆਂ ਐਨੀਆਂ ਲੱਤਾਂ गुरु रामदास ने कृपा की आपे उठ के खलो गया लिया चुक के ते जम्मू तक तुर के गया मैं इस करके बेनती कर लगा भी गुरु ग्रंथ साहब समर्था है ਤੇ ਆਪਾਂ ਢਾਲੀਆਂ ਕੁਰਸੀਆਂ ਜਿਹੜਾ ਸੇਖਾਂ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੁਰਸੀ ਤੇ ਬਹਿ ਗਿਆ ਘਰੋਂ ਹੀ ਨਾ ਆਵੇ ਚੰਗਾ ਜੇ ਉਹਦੇ ਵੱਡਾ ਪਾਪੀ ਕੋਈ ਨਹੀਂ ਮੈਂ ਛੰਗਦਾ ਨਹੀਂ ਤੇ ਡਰਦਾ ਕਿਸੇ ਤੋਂ ਨਹੀਂ ਮੈਂ ਸੱਚ ਕਹਿਣਾ ਮੈਂ ਇਸ ਕਰਕੇ ਬੇਨਤੀ ਕਰ ਦਿੱਤੀ ਪਿੰਗਲਿਆਂ ਨੂੰ ਤੋੜ ਸਕਦਾ ਤੁਹਾਨੂੰ ਨਾ ਤੋੜੂ ਤੁਹਾਨੂੰ ਨਾ ਭਾਲੂ ਮਹਾਪੁਰ ਸੰਤ ਬਾਬਾ ਦਇਆ ਸਿੰਘ ਜੀ ਬਹੁਤ ਉੱਚੀ ਵਰਥਾ ਦੇ ਬਾਲ ਕੋ ਇਹਨੇ ਅ ਸਿੰਘ ਬਾਬਾ ਬਿਧੀ ਚੰਦ ਜੀ ਦੀ ਅੰਸਵੰਸ ਸਿੰਗਾਪੁਰ ਦੀ ਸੰਗਤ ਨੇ ਸੱਦ ਲਿਆ ਚਲੇ ਗਏ ਜਿਸ ਤਰ੍ਹਾਂ ਆਪ ਲੱਖਾਂ ਦੀ ਗਿਣਤੀ ਵਿੱਚ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਬਰਾਜਮਾਨ ਹੋ ਉਹ ਦਰਬਾਰ ਭਰਿਆ ਸੀ ਸੰਗਤ ਨਾਲ ਵੀ ਮਹਾਪੁਰਸ਼ਾ ਦੇ ਦਰਸ਼ਨ ਕਰਨੇ ਤੇ ਹੈ ਵੀ ਮਹਾਪੁਰਸ਼ ਸਤਗੁਰਾਂ ਦੇ ਦਰੋਂ ਸਾਇ ਮਹਾਂਪੁਰਖ ਸਤਬਾਬਾ ਨਰਿੰਦਰ ਸਿੰਘ ਜੀ ਉਹ ਵੀ ਸੇਧ ਦੇ ਉੱਤੇ ਆ ਚੁੱਕੇ ਆ ਤੇ ਬਾਬਾ ਬਲਵਿੰਦਰ ਸਿੰਘ ਜੀ ਆ ਕੇ ਜਾਣ ਵਾਲੇ ਉਹ ਵੀ ਮਹਾਂਪੁਰਖ ਆ ਗਏ ਹਨ ਮੈਂ ਇਸ ਕਰਕੇ ਬੇਨਤੀ ਕਰ ਲੱਗਾ ਗੁਰੂ ਕੇ ਪਿਆਰਿਓ ਬਾਕੀ ਮਹਾਂਪੁਰਖਾ ਪਰਤਾਏ ਤੁਹਾਂ ਰਾਤ ਕੱਲ ਪਰਸੋਂ ਤੋਂ ਸੁਣਦੇ ਆ ਰਹੇ ਤੇ ਆ ਨਹੀਂ ਜੇ ਕਿਸ ਨੇ ਕਹਿਣਾ ਜੋ ਮੈਂ ਕਹਿਣ ਲੱਗਾ ਤੁਹਾਨੂੰ ਇਹ ਨਹੀਂ ਕਿਸ ਨੇ ਵੀ ਕਹਿਣਾ ਇਹ ਬੰਨੈ ਨਹੀਂ ਰੂਚੀ ਕਿਸੇ ਦੀ ਹੈ ਕੀ ਤੇ ਮੇਰੇ ਤੇ ਸ਼ੰਕਾ ਨਾ ਕਰ ਲੈਣਾ ਤੇ ਦੁਖੀ ਵੀ ਨਾ ਹੋਣਾ ਪੀਏ ਸਿੱਖ ਮੱਥਾ ਟੇਕਣ ਨਹੀਂ ਜਾਂਦਾ ਮੈਂ ਨਾ ਸ਼ੀਸਗੰਜ ਮੱਥਾ ਟੇਕਦਾ ਜੀ ਨਾ ਬਗਲਾ ਸਹਿ ਮੱਥਾ ਟੇਕਦਾ ਜੀ ਨਾ ਮਜਨੂ ਦੇ ਟਿੱਲੇ ਤੇ ਜਾ ਕੇ ਮੱਥਾ ਟੇਕਦਾ ਬਾਹਰੋਂ ਖੜੋ ਕੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਜਦੋਂ ਕੁਰਸੀਆਂ ਚੁਕਾਏਗਾ ਉਦੋਂ ਆਉਂਗਾ ਉਦੋਂ ਅੰਦਰ ਜਾ ਕੇ ਰਮਸਾ ਟੇਕੂਗਾ ਸੋਫੇ ਲਾਤੇ ਲੱਤਾ ਟੁੱਟ ਗਿਆ ਲੋਕਾਂ ਦੀਆਂ ਸੋਫੇ ਲਾਤੇ ਗੁਰਦੁਆਰਿਆਂ ਵਿੱਚ ਕੀ ਲੈਣਾ ਕਿ ਸਿੱਖਣਾ ਮੈਂ ਬਚਨ ਸੁਣਾਉਣ ਲੱਗਾ ਇੱਕ ਤੇ ਪਹਿਲਾਂ ਸੁਣਾ ਦਿਆ ਮਹਾਪੁਰਸ਼ ਦਾ ਸੰਤ ਬਾਬਾ ਜਰੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨਾਨਕ ਨਵਾਸ ਦੇ ਉੱਤੇ ਪਰੰਗੇ ਤੇ ਬੈਠੇ ਹੋਏ ਆ ਉਹਨਾਂ ਦਾ ਸੁਭਾਅ ਸੀ ਉਦਾਰ ਆਤਮਾ ਛਣ ਤੇ ਪ੍ਰੇਮ ਵੀ ਕਰਦੇ ਸੰਤ ਤੇ ਜਦੋਂ ਜਾਣਾ ਆਪਣੇ ਬਰਾਬਰ ਤੇ ਪਲੰਘੇ ਤੇ ਬੈਲਣਾ ਮੈਂ ਵੀ ਬੈਠਾ ਸੀ ਕੋਲ ਪਲੰਘੇ ਤੇ ਇੱਕ ਸਿੱਖ ਥੱਲੇ ਬੈਠਾ ਉਹਨੇ ਪੰਕਤੀ ਗੁਰਬਾਣੀ ਦੀ ਪੜ ਦਿੱਤੀ ਜਦੋਂ ਪੰਕਤੀ ਪੜ ਦਿੱਤੀ ਤੇ ਛਾਲ ਮਾਰ ਕੇ ਮੰਜੇ ਤੋਂ ਉੱਠ ਰੋਤੇ ਉਹ ਕਹਿ ਲਗੋ ਤੇਰਾ ਪਾਲਾ ਜੇ ਮੈਂ ਮੰਜੇ ਤੇ ਬੈਠਾ ਤੂੰ ਥੱਲੇ ਬਹਿ ਕੇ ਗੁਰਬਾਣੀ ਦੀ ਪੰਕਤੀ ਪੜਤੀ ਹੋ ਬਾਬਨਾ ਮੈਂ ਬਚਨ ਸਾਂਝਾ ਕਰਨ ਲੱਗਾ ਸਤਿਗੁਰਾਂ ਦਾ ਮੈਂ ਇਸ ਕਰਕੇ ਬਚਨ ਥਣ ਮੈਂ ਖੈਦੂ ਵੱਡੀ ਗੱਲ ਹੋਰ ਕਿੱਥੇ ਹੋਣੀ ਕਿੱਥੇ ਬੇਸਾਂ ਪਰਦੇਸਾਂ ਦੀਆਂ ਸੰਗਤਾਂ ਆਈਆਂ ਤੇ ਸਾਰੇ ਥਾਂ ਤਾਂ ਮਹਾਪੁਰਸ਼ਾਂ ਦੀ ਕਿਰਪਾ ਦੁਆਰਾ ਟੈਲੀਗ੍ਰਾਫ ਤੋਂ ਹੋ ਰਿਹਾ ਹੈ ਜਿਹੜੇ ਬਾਹਰ ਬੈਠੇ ਕੁਰਸੀਆਂ ਤੇ ਉਹ ਵੀ ਸਮਝ ਲੈਣ ਕਿ ਅਸੀਂ ਗੁਰੂ ਹਰ Rai ਸਾਹਿਬ ਤੋਂ ਵੱਡੇ ਕੇ ਛੋਟੇ ਆ ਉਹਨਾਂ ਸਮਿਆਂ ਵਿੱਚ ਸੰਗਤਾਂ ਗੁਰਬਾਣੀ ਪੜ੍ਹਦੀਆਂ ਆਇਆ ਕਰਦੀਆਂ ਸਨ ਟੋਲੀਆਂ ਵਿੱਚ ਜਥਿਆਂ ਵਿੱਚ ਗੁਰਸੇਖ ਆਰੇ ਬਾਣੀ ਪੜ੍ਹਦੇ ਦੋ ਗੁਰਸਿੱਖ ਸਨ ਬੜੀ ਉੱਚੀ ਧੌਣ ਵਿੱਚ ਬਾਣੀ ਪੜ੍ਹਦੇ ਸਨ ਉਹਨਾਂ ਵੇਖਿਆ ਗੁਰੂ ਹਰਿਤਾਇਆ ਸਾਹਿਬ ਜੀ ਪਲੰਘੇ 'ਤੇ ਬਰਾਜਮਾਨ ਆ ਲੰਮੇ ਪਏ ਹੋਇਆ ਜੇ ਅਸੀਂ ਉੱਚੀ ਆਵਾਜ਼ ਵਿੱਚ ਬਾਣੀ ਪੜਦੇ ਕਾ ਤੇ ਨੀਂਦ ਨਾ ਉਖੜ ਜਾਂਦੀ ਹੋਵੇ ਉਠ ਨਾ ਖਲੋਂਦੇ ਹੁਣ ਤੇ ਜੇ ਨਾ ਪੜਦੇ ਗਏ ਤੇ ਉਹ ਪੁੱਛਣਗੇ ਅੱਗੇ ਸੰਗਤ ਬਾਣੀ ਪੜਦੀ ਆਉਂਦੀ ਅੱਜ ਕਿਉਂ ਨਹੀਂ ਪੜਦੇ ਆਏ ਫੇਕ ਹੀ ਜਵਾਬ ਦੇਾਂਗੇ ਉਹ ਉੱਚੀ ਸੁਰ ਵਿੱਚ ਆਵਾਜ਼ ਦੇ ਵਿੱਚ ਬਾਣੀ ਪੜ ਲੜ ਇਹ ਸਰੋਤ ਸਾਬ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਕੰਨਾਂ ਵਿੱਚ ਪੈ ਗਈ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇੱਕ ਗੁਰਮੁਖ ਪਿਆਰੇ ਨੇ ਪਾਦ ਲਿਖਿਆ ਹਰ ਬੜਾਏ ਉੱਠੇ ਅਖਰੀਅਰ ਸੈ ਕਾਲੀ ਨਾਲ ਉੱਠੇ ਪਰੀ ਜਾਨੂ ਪਰ ਚੋਟ ਗੋਡਾ ਜਿਹੜਾ ਹੈ ਮੰਜੀ ਦੀ ਬਾਹੀ ਨਾਲ ਵੱਜ ਗਿਆ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਗਤ ਕਹਿਣ ਲੱਗੀ ਸੱਚੇ ਪਾਤਸ਼ਾਹ ਜੀ ਸੈਜੇ ਉਠ ਖਲੋਣਾ ਸੀ 60 ਵਜ ਗਈ ਆ ਕਹਿਣ ਲੱਗੇ ਗੁਰਬਾਣੀ ਕੋ ਭੈ ਔਰ ਧਰ ਕੇ ਤੈ ਜੋ ਪਲੰਗ ਸੀਗਰਤਾ ਕਰਕੇ ਗੁਰੂ ਕੇ ਪਿਆਰਿਓ ਗੁਰਬਾਣੀ ਦਾ ਭੈ ਸਾਡੇ ਮਨ ਵਿੱਚ ਉਸ ਭੈ ਨੂੰ ਮਨ ਵਿੱਚ ਰੱਖ ਕੇ ਅਸੀਂ ਕਾਲੀ ਨਾਲ ਉੱਠਿਆ ਗੁਰਬਾਨੀ ਦੇ ਅਦਰ ਵਿੱਚ ਤਾਂ ਕਰਕੇ 60 ਵਜ ਗਈ ਕੋਈ ਗੱਲ ਨਹੀਂ ਉਹ ਬਚਨ ਕਹਿੰਦੇ ਮੈਂ ਉਹ ਬਚਨ ਉਹ ਨਹੀਂ ਸਾਂਝੇ ਕਰਕੇ ਸਮਾਪਤੀ ਕਰ ਦੇਣੀ ਆ ਤੇ ਸਮਝ ਸਾਰੇ ਹੀ ਲੋਕ ਗਏ ਵੀ ਇਹ ਮਾਰੀ ਚੀਜ਼ ਏ ਕਿਉਂਕਿ ਤੇ ਬੰਬਾ ਹੈ ਕਲਕੱਤਾ ਹੈ ਲਾਗੇ ਉਥੋਂ ਵੀ ਸੰਗਤਾਂ ਆਈਆਂ ਤੇ ਸ਼ਹਿਰਾਂ ਵਿੱਚ ਇਹ ਬਿਮਾਰੀ ਜਾਂਦੀ ਜੇ ਪਿੰਡਾਂ ਵਿੱਚ ਅਜੇ ਨਹੀਂ ਜੇ ਹੈਗੀ ਭਾਵੇਂ ਕੋਈ ਬਜ਼ੁਰਗ ਗਿਆ ਉਹ ਢੋਲ ਲਾ ਕੇ ਲੰਤਾਂ ਗਾਹ ਨੂੰ ਕਰਕੇ ਵਹਿ ਜਾਏਗਾ ਕਾਂਦੇ ਦੇ ਨਾਲ ਪਰ ਕੁਰਸੀ ਕੋਈ ਨਹੀਂ ਜੇ ਲਾਉਂਦਾ ਉੱਥੇ ਇੱਥੇ ਕੁਰਸੀਆਂ ਢਾਲੀਆਂ ਜੇ ਲੋਕਾਂ ਨੇ ਇਹਦਾ ਕੀ ਲੈਣ ਵਾਸਤੇ ਆਉਂਦੇ ਕਾਹਦਾ ਕੀਰਤਨ ਸੁਣੇਗਾ ਜੇ ਤੂੰ ਕੁਰਸੀ ਢਾ ਕੇ ਬੈਠਾ ਹੈ ਕੀ ਬਾਣੀ ਸੁਣੇਗਾ ਕੀ ਤੇਰੇ ਤੇ ਅਸਰ ਹੋਵੇਗਾ ਜੋ ਗੁਰ ਸੇਖ ਬਾਣੀ ਭੈ ਕਰੇ ਗੁਰੂ ਹਰਾਈਆ ਸਾਹਿਬ ਜੀ ਦੇ ਬਚਨ ਮੁਖ ਵਿੱਚ ਰੱਖ ਕੇ ਭਾਈ ਸਾਹਿਬ ਜੀ ਨੇ ਗੁਰਪ੍ਰਤਾਪ ਸੂਤ ਜੀ ਗ੍ਰੰਥ ਵਿੱਚ ਅੰਕਿਤ ਕੀਤੇ ਜੇ ਮੈਂ ਪੜ੍ਹ ਕੇ ਸੁਣਾਉਣ ਲੱਗਾ ਆਪ ਜੀ ਨੂੰ ਕਹਿਣ ਲੱਗੇ ਜੋ ਗੁਰ ਸਿੱਖ ਬਾਣੀ ਪਹਿ ਕਰੇ ਬਿਨਾ ਪ੍ਰਯਾਸ ਭਵ ਸਾਗਰ ਤਰੇ ਗੁਰੂ ਕੇ ਸਿੱਖੋਂ ਨੂੰ ਯਤਨ ਕਰਨ ਦੀ ਨਹੀਂ ਰੋੜ ਪੈਗੀ ਜਿਹੜਾ ਕੇਵਲਾ ਅਦਬ ਹੀ ਗੁਰਬਾਣੀ ਦਾ ਰੱਖੇਗਾ ਦੁੱਖਾਂ ਰੂਪੀ ਸਮੁੰਦਰ ਤੋਂ ਪਾਰ ਹੋ ਜਾਏਗਾ ਗੁਰਬਾਨੀ ਮਹਿਮਾ ਮਹੀਾਨੇ ਸਾਰੇ జగਤ ਵਿੱਚ ਗੁਰਬਾਨੀ ਦੀ ਵਡਿਆਈ ਹੈ ਮਹਿਮਾ ਹੈ ਜੋ ਮਰਜਾਦਾ ਹਮਨੇ ਠਾਨੇ ਉਹ ਗਿਰ ਸਿੱਖੋ ਜੇ ਆਸਾਣਾ ਮਰਜਾਦਾ ਰੱਖੀ ਤੋ ਪਹਿ ਪਹਿ ਸਿੱਖ ਕਰੇ ਨਾ ਕੋਈ ਬਿਨਾ ਪਹਿ ਕੀਏ ਸਰੇ ਨਾ ਹੋਈ ਉਏ ਆਪ ਆਏ ਤਾਂ ਕਲਿਆਣ ਲੈਣ ਵਾਸਤੇ ਤੇ ਮੁਕਤੀ ਲੈਣ ਵਾਸਤੇ ਆਏ ਜਦੋਂ ਕਿਸੇ ਤੋਂ ਕੁਝ ਮੰਗਣਾ ਹੋ ਕੇ ਨੀਵੇਂ ਹੋ ਕੇ ਮੰਗਣਾ ਪੈਂਦਾ ਜੇ ਆਕੜ ਕੇ ਨਹੀਂ ਤੇ ਜੇ ਆਣ ਕੇ ਕੁਰਸੀ ਦੇ ਬਹਿ ਗਏ ਆਪਾਂ ਦੇ ਕਿੱਥੋਂ ਕਲਿਆਣ ਹੋਵੇਗੀ ਇਹ ਗੁਰੂ ਹਰ Rai ਸਾਹਿਬ ਜੀ ਕਹਿੰਦੇ ਜੇ ਮੈਂ ਨਹੀਂ ਕਹਿ ਰਿਹਾ ਆਪਣੇ ਕੋਲੋਂ ਜੋ ਮਰ ਜਾਦਾ ਹਮਨੇ ਠਾਨੇ ਤੋ ਫਿਰ ਸਿੱਖ ਭੈ ਕਰੇਗੋ ਨਾ ਕੋਈ ਬਿਨ ਪੈ ਕੀਏ ਸਰੇ ਨਾ ਹੋਈ ਜੇ ਭੈ ਨਹੀਂ ਕਰੇਗਾ ਕਲਿਆਣ ਨਹੀਂ ਹੋਵੇਗੀ ਜੋ ਗੁਰ ਭਗਤ ਸੋ ਸਿੱਖ ਹੈ ਮੇਰਾ ਗੁਰਬਾਣੀ ਭੈਤ ਸੇ ਕਨੇਰਾ ਜਿਨੂੰ ਬਹੁਤ ਵੱਡਾ ਗੁਰਬਾਣੀ ਦਾ ਭੈ ਅਤੇ ਅਦਬ ਹੈ ਇਹ ਬਚਨ ਕਹਿ ਰਿਹਾ ਸੱਚੇ ਪਾਤਸ਼ਾਹ ਜੀ ਜੋ ਗੁਰ ਭਗਤ ਛੋ ਸਿੱਖ ਹੈ ਮੇਰਾ ਗੁਰਬਾਣੀ ਭੈਤ ਸੇ ਕਨੇਰਾ ਜੇ ਨ ਗੁਰਬਾਨੀ ਯਾਦ ਮਨਾ ਤਾਰਾ ਸੋ ਜਾਣੋ ਸਿੱਖ ਨਹੀਂ ਹਮਾਰਾ ਜੇ ਦੇ ਨਹੀਂ ਸਿੱਖ ਬਣਨਾ ਤੇ ਪਰੰਗੇ ਢਾਲੋ ਕੁਰਸੀਆਂ ਦੀ ਲੋੜ ਕੋਈ ਲੈ ਲਓ ਮੈਂ ਪੈ ਜਾ ਕਰਿਓ ਆਣ ਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨੇ ਅਦਬ ਭੈ ਗੁਰਬਾਨੀ ਦਾ ਨਹੀਂ ਰੱਖਿਆ ਉਹ ਸਾਡਾ ਸਿੱਖ ਹੀ ਨਹੀਂ ਆਏਗਾ ਪੁੱਲਾ ਚੁੱਕਾਂ ਦੀ ਖਿਮਾ ਜੇ ਮੈਂ ਖੁਲਾਸਾ ਕਰਕੇ ਸੁਣਾਵਾਂ ਤੇ ਬੇਰਕਾਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਅੱਗੇ ਹੀ ਕਹਿਣ ਤੋਂ ਵੱਧ ਹੋ ਗਿਆ ਤੇ ਇਹ ਗੱਲ ਦੱਸਣੀ ਮੈਂ ਜ਼ਰੂਰੀ ਸਮਝਦਾ ਸੀ ਤਾਂ ਕਰਕੇ ਗੁਰੂ ਕੇ ਸਿੱਖੋ ਆਪ ਜੀ ਨਾਲ ਸਾਂਝੀ ਕੀਤੀ ਧਿਆਨ ਰੱਖੋ ਇਹ ਜਿਹੜੇ ਹੁਣ ਬੈੰਦੇ ਆ ਉਹ ਚੋਕ ਦੇਣ ਕੁਰਸੀਆਂ ਚੰਗੇ ਰਹਿ ਜਾਣਗੇ ਮਿਲਣਾ ਕੱਖ ਨਹੀਂ ਜੇ ਸੁਣ ਜੇ ਘਰ ਕਾ ਪਹੌਣਾ ਜਿਉ ਆਇਆ ਤਿਉ ਜਾਏ ਜੇ ਹੋ ਜਾਇਆ ਉਹ ਹੋ ਜਾ ਚਲ ਜੂਗਾ ਭੁੱਲਾਂ ਚੁੱਕਾਂ ਦੀ ਖਿਮਾ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਮਾਪੁਰਸ਼ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ